ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਜਸਪ੍ਰੀਤ ਸਿੰਘ। ਮੈਂ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ ਫਾਰਮਰ ਐਂਡ ਕਰੋਪਸ ਚੈਨਲ ਦੇ ਵਿੱਚ। ਜੋ ਵਿੱਚ ਕਿਸਾਨ ਵੀਰੋ ਆਪਾਂ ਗੱਲ ਕਰਾਂਗੇ ਜਿਹੜਾ ਕਿ ਸਰਦੀ ਦੀ ਰੁੱਤ ਦੀਆਂ ਸਬਜ਼ੀਆਂ ਹੈ, ਜਿਨ੍ਹਾਂ ਦੇ ਵਿੱਚ ਮੁੱਖ ਤੌਰ 'ਤੇ ਆਉਂਦੀ ਹੈ ਮੂਲੀ, ਸ਼ਲਗਮ, ਗਾਜਰ ਅਤੇ ਪਿਆਜ਼, ਇਹਨਾਂ ਦੇ ਬੀਜ ਉਤਪਾਦਨ ਬਾਰੇ। ਕਿਸਾਨ ਵੀਰੋ, ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਆਪਾਂ ਨੂੰ ਨਿਸਾਰੂ ਬੀ ਬਾਰੇ ਅਤੇ ਇੱਕ ਆਮ ਜਿਹੜਾ ਆਪਾਂ ਬੀਜ ਬੀਜਦੇ ਹਾਂ ਉਹਦੇ ਬਾਰੇ, ਇਸ ਤੋਂ ਇਹ ਗੱਲ ਵੀ ਕਲੀਅਰ ਹੋਊਗੀ। ਅੱਜ ਤੁਹਾਨੂੰ ਇਸ ਦੇ ਬੀਜ ਉਤਪਾਦਨ ਬਾਰੇ ਦੱਸਾਂਗੇ ਕਿ ਇਸਦਾ ਬੀਜ ਉਤਪਾਦਨ ਕਿਵੇਂ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਕਿਸਾਨ ਵੀਰੋ, ਆਪਾਂ ਜਿਹੜੀ ਜਿਸਦਾ ਬੀਜ ਜਿਸ ਤੋਂ ਲੈਣਾ ਹੈ, ਉਸਨੂੰ ਕਹਿਣ ਦਾ ਮਤਲਬ ਚੰਗੀ ਮੋਟਾਈ ਵਾਲੀ ਜਿਹੜੀ ਮੂਲੀ ਹੈ ਉਸਨੂੰ ਦੇਖੋ। ਇਸ ਨੂੰ ਪੱਟਣ ਤੋਂ ਬਾਅਦ ਮੂਲੀ ਨੂੰ ਲਗਭਗ 3/4 ਹਿੱਸੇ ਤੋਂ ਜਿਹੜਾ ਕੱਟ ਦਿਓ। ਇਸ ਵਿਧੀ ਨੂੰ ਕਿਸਾਨ ਵੀਰੋ ਆਪਾਂ ਡੱਕ ਲਾਉਣਾ ਕਹਿੰਦੇ ਹਾਂ, ਠੀਕ ਹੈ, ਜਿਸ ਨਾਲ ਇੱਕ ਸਹੀ ਬੀਜ ਉਤਪਾਦਨ ਹੁੰਦਾ ਹੈ। ਇਸ ਲਈ ਜਿਹੜਾ ਤੁਸੀਂ ਕੀ ਆ ਉੱਪਰੋਂ ਪੱਤੇ ਜਿਹੜੇ ਥੋੜ੍ਹੇ ਜਿਹੇ ਕੱਟ ਦਿਓ, ਅਤੇ ਜਿਹੜਾ ਮੂਲੀ ਦਾ ਡੱਕ ਲਗਾਉਣਾ ਹੈ ਉਸਦੀ ਜਿਹੜੀ ਰੋ ਤੋਂ ਰੋ ਡਿਸਟੈਂਸ ਹੈ ਉਹ ਲਗਭਗ 60 ਸੈਂਟੀਮੀਟਰ, ਅਤੇ ਪਲਾਂਟ ਤੋਂ ਪਲਾਂਟ ਦੀ ਡਿਸਟੈਂਸ ਹੈ ਜਿਹੜੀ ਲਗਭਗ 20-25 ਸੈਂਟੀਮੀਟਰ ਹੋਣੀ ਚਾਹੀਦੀ ਹੈ। ਅਤੇ ਜੇਕਰ ਤੁਸੀਂ ਗਾਜਰ ਦਾ ਜਿਹੜਾ ਡੱਕ ਲਗਾਉਣੇ ਹੋ ਉਸਦੀ ਜਿਹੜੀ ਰੋਡ ਤੋਂ ਰੋਡ ਡਿਸਟੈਂਸ ਹੈ ਉਹ 45 ਸੈਂਟੀਮੀਟਰ, ਅਤੇ ਪਲਾਂਟ ਤੋਂ ਪਲਾਂਟ ਡਿਸਟੈਂਸ ਹੈ ਉਹ ਲਗਭਗ 25-30 ਸੈਂਟੀਮੀਟਰ ਹੋਣੀ ਚਾਹੀਦੀ ਹੈ। ਹੁਣ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਮੂਲੀਆਂ ਸਿੱਧੀਆਂ ਆਪਣੀਆਂ ਵੱਟਾਂ ਤੋਂ ਲਗਾਈਆਂ ਉਹ ਸਿੱਧੀਆਂ ਪੱਕ ਜਾਂਦੀਆਂ, ਉਹਨਾਂ ਤੋਂ ਜਿਹੜਾ ਬੀਜ ਉਤਪਾਦਨ ਹੁੰਦਾ। ਕਿਸਾਨ ਵੀਰੋ, ਜਿਵੇਂ ਦੇਖੋ ਤੁਸੀਂ, ਇਹ ਮੂਲੀਆਂ ਜਿਹੜੀਆਂ ਲਗਾਈਆਂ ਗਈਆਂ ਸੀਗੀਆਂ ਇਹ ਸਿੱਧੀਆਂ ਪੱਕ ਗਈਆਂ, ਅਤੇ ਹੁਣ ਇਹਨਾਂ ਤੋਂ ਜਿਹੜਾ ਬੀਜ ਉਤਪਾਦਨ ਹੋਊਗਾ ਉਹ ਬੀ ਨਿਸਾਰੂ ਹੋਊਗਾ। ਉਸਨੂੰ ਅਗਲੇ ਸਾਲ ਜਦੋਂ ਤੁਸੀਂ ਬੀਜੋਗੇ ਤਾਂ ਉਸ 'ਤੇ ਕੋਈ ਜਿਹੜੀ ਕੀ ਆ ਮੂਲੀ ਜਾਂ ਜੇ ਗਾਜਰ ਦਾ ਵੀ ਬੀ ਨਿਸਾਰੂ ਹੋਊਗਾ ਤਾਂ ਗਾਜਰ ਨਹੀਂ ਲੱਗੂਗੀ, ਉਸਦੀਆਂ ਸਿਰਫ ਇਸ ਤਰ੍ਹਾਂ ਜੜ੍ਹਾਂ ਬਣ ਕੇ ਅਤੇ ਸਿੱਧੀ ਕੀ ਆ ਸ਼ੂਟ ਜਿਹੜੀ ਉੱਪਰ ਨੂੰ ਟਰਮੀਨਲ ਸ਼ੂਟ ਉੱਪਰ ਨੂੰ ਨਿਕਲ ਜਾਊਗੀ, ਅਤੇ ਜਿੰਨਾ ਕਰਕੇ ਆਪਾਂ ਨੂੰ ਕੀ ਹੈ ਘਾਟਾ ਪੈ ਸਕਦਾ। ਅਤੇ ਜੇਕਰ ਤੁਸੀਂ ਆਪਾਂ ਜਿਹੜਾ ਬੀਜ ਵਧੀਆ ਉਤਪਾਦਨ ਕਰੋਗੇ ਤਾਂ ਆਪਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਛੋਟੇ ਛੋਟੇ ਖਰਚੇ ਹੈ ਬੀਜ ਆਪਾਂ ਮੁੱਲ ਲੈਣ ਦੇ, ਇਹਨਾਂ ਤੋਂ ਆਪਾਂ ਬਚ ਸਕਦੇ ਹਾਂ। ਆਹ ਕਿਸਾਨ ਵੀਰੋ, ਆਪਾਂ ਜਿਹੜਾ ਅਗੇਤੀ ਮੂਲੀ ਦਾ ਜਿਹੜਾ ਪਹਿਲਾਂ ਡੱਕ ਲਗਾਇਆ ਜਿਹੜਾ ਕਿ ਹੁਣ ਬਿਲਕੁਲ ਚੱਲ ਰਿਹਾ ਹੈਗਾ, ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਅਗੇਤੀ ਕਿਸਮ ਦੀ ਮੂਲੀ ਦੇ ਜਿਹੜੇ ਡੱਕ ਲਗਾਏ ਗਏ ਸੀਗੇ ਨਵੰਬਰ ਦੇ ਮਹੀਨੇ ਦੇ ਵਿੱਚ, ਹੁਣ ਇਹ ਫੁੱਟ ਰਹੇ ਆ। ਇਸ ਨੂੰ ਤੁਸੀਂ ਜਿਹੜੀ ਥੋੜ੍ਹੀ ਜਿਹੀ ਯੂਰੀਆ ਅਤੇ ਫਾਸਫੋਰਸ ਵੀ ਪਾ ਸਕਦੇ ਹੋ, ਜਿਸ ਨਾਲ ਤੁਹਾਡਾ ਕੀ ਹੈ ਇੱਕ ਵਧੀਆ ਤੰਦਰੁਸਤ ਬੀਜ ਉਤਪਾਦਨ ਹੋਵੇਗਾ। ਜੇ ਕਿਸਾਨ ਵੀਰੋ ਤੁਹਾਨੂੰ ਅੱਜ ਦੀ ਸਾਡੀ ਦਿੱਤੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਅਤੇ ਨਾਲ ਹੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਧੰਨਵਾਦ।